नमस्कार दोस्तों, मैं ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਣੇ। ਤੁਸੀਂ ਕਹਿ ਰਹੇ ਚੋਰੀ ਹੋਈ ਹੈ ਭਾਜੀ, ਆਪਣੇ ਕਹਿੰਦੇ 9 ਤਰੀਕ ਸਵੇਰੇ ਤਕਰੀਬਨ ਕੋਈ 3:15 ਦੇ ਉੱਤੇ ਇੱਥੇ ਚੋਰੀ ਹੋਈ ਹੈ ਜੀ। ਤੇ 3 ਬੰਦਿਆਂ ਵੱਲੋਂ ਹਰਕਤ ਕੀਤੀ ਗਈ ਹੈ। 2 ਬੰਦਿਆਂ ਨੇ ਆ ਦਰਵਾਜ਼ੇ ਦਾ ਲੋਕ ਤੋੜ ਕੇ ਜੀ ਠੀਕ ਹੈ ਹਾਂਜੀ, ਤੇ ਆ ਅੰਦਰਲਾ ਲੋਕ ਇੱਥੋਂ ਦੀ ਜੀ ਆ ਬਸੱਬਲ ਪਾ ਕੇ ਹਾਂ ਆ ਤੋੜ ਕੇ ਜੀ ਆਪਣੇ ਕੀ ਕਹਿੰਦੇ ਖੋਲਿਆ ਇਹਨੂੰ ਠੀਕ ਹੈ, ਤੇ ਅੰਦਰਲਾ ਸਾਡਾ ਸ਼ਟਰ ਤੋੜ ਕੇ ਉਹਦਾ ਲੋਕ ਤੇ ਜੀ ਮੇਰੇ ਸ਼ੋਰੂਮ ਦੇ ਵਿੱਚ ਇੱਕ ਮੋਟਰਸਾਈਕਲ ਠੀਕ ਹੈ ਤੇ ਤਕਰੀਬਨ ਕੋਈ 25,000 ਕੈਸ਼ ਸੀਗਾ। ਅੱਛਾ, ਤੇ ਜੀ ਆਪਣੇ ਕਹਿੰਦੇ ਇੱਕ ਲੈਪਟਾਪ ਤੇ ਹੋਰ ਸਪੇਅਰ ਪਾਰਟ ਦੀਆਂ ਜਿੱਦਾਂ ਬੈਟਰੀਆਂ ਹੋ ਗਈਆਂ ਇਹ ਚੀਜ਼ਾਂ ਲੈ ਕੇ ਚਲੇ ਗਏ। ਤੇ ਸੀਸੀਟੀਵੀ ਤੇ ਕੈਮਰੇ ਵਿੱਚ ਕੁਝ ਲਿਖਿਆ? ਹਾਂਜੀ, ਉਹਦੇ ਵਿੱਚ ਸਾਰੀ ਫੋਟੇਜ ਕਲੀਅਰ ਆਈ ਪਈ ਜੀ, ਬੰਦੇ ਪਹਿਚਾਨੇ ਜਾ ਰਹੇ ਆ, ਇੱਕ ਬੰਦੇ ਦੇ ਕਾਫੀ ਮਤਲਬ ਫੇਸ ਕਲੀਅਰ ਹੈਗਾ ਵਾ। ਠੀਕ ਹੈ, ਅੱਗੇ ਵੀ ਕਦੀ ਇਸ ਤਰ੍ਹਾਂ ਹੋਇਆ ਕਦੀ ਕੋਈ? ਹਾਂਜੀ ਭਾਜੀ, ਪਹਿਲੋਂ ਵੀ ਹੋਇਆ ਇਹ ਚੀਜ਼ ਮੇਰੇ ਨਾਲ ਹੀ 2 ਵਾਰ ਹੋ ਚੁੱਕੀ ਹੈ। ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ 2021 ਵਿੱਚ ਵੀ ਠੀਕ ਹੈ ਮੇਰੇ ਚੋਰੀ ਹੋਈ ਸੀ, ਉਦੋਂ ਵੀ 3 ਮੋਟਰਸਾਈਕਲ ਚੱਕੇ ਗਏ ਸੀਗੇ। ਠੀਕ ਹੈ, ਹਾਂਜੀ, ਕੋਈ ਕਾਰਵਾਈ ਹੋਈ ਸੀ ਉਦੋਂ? ਭਾਜੀ ਕਾਰਵਾਈ ਤਾਂ ਕੀਤੀ ਸੀਗੀ, ਬਟ ਕੁਛ ਮਤਲਬ ਯਾਨੀ ਕਿ ਆਇਆ ਨਹੀਂ, ਕੋਈ ਆਪਣੇ ਬਾਈਕ ਵਗੈਰਾ ਬਰਾਮਦ ਨਹੀਂ ਹੋਏ। ਅੱਛਾ, ਤਾਂ ਹੁਣ ਘੱਟੋ ਘੱਟ ਕਿੰਨੇ ਲੱਖ ਦਾ ਨੁਕਸਾਨ ਹੋਇਆ? ਇਹ ਤਕਰੀਬਨ ਹੋ ਹੀ ਗਿਆ ਜੀ, 2 ਲੱਖ ਰੁਪਏ ਦਾ ਨੁਕਸਾਨ ਹੈਗਾ। ਟਾਈਮਿੰਗ ਕੀ ਆ ਗਈ? ਟਾਈਮਿੰਗ ਸਵੇਰੇ 3:15 ਵਜੇ ਹੋਈ ਹੈ ਜੀ ਚੋਰੀ, ਤੇ ਘੱਟੋ ਘੱਟ 15-20 ਮਿੰਟ ਚੱਲੀ ਹੈ ਜੀ ਚੋਰੀ ਸਾਰੀ, ਕਿਉਂਕਿ ਫੁਟੇਜ ਕਵਰ ਹੋਈ ਹੈ। ਠੀਕ ਹੈ, ਤੇ ਹੁਣ ਅਗਰ ਪੁਲਿਸ ਦੀ ਕਾਰਵਾਈ ਕਰਾਈ ਹੈ? ਕਾਰਵਾਈ ਜੀ ਅਰਦਾਸ ਕਰਦੇ ਪਏ ਆ ਜੀ ਪੁਲਿਸ ਨੂੰ ਵੀ ਕਿ ਆਪਣੇ ਕਹਿੰਦੇ ਇਹਦੀ ਕਾਰਵਾਈ ਕੀਤੀ ਜਾਵੇ, ਤੇ ਬੰਦੇ ਜਿਹੜੇ ਹੈਗੇ ਆ ਉਹ ਜਲਦ ਤੋਂ ਜਲਦ ਫੜੇ ਜਾਣ। ਠੀਕ ਹੈ, ਉਮੀਦ ਕਰਦੇ ਹੈਗੇ ਕਿ ਇਹਦੀ ਕਾਰਵਾਈ ਛੇਤੀ ਛੇਤੀ ਹੋ ਕੇ। ਕੋਈ ਤੁਸੀਂ ਕੋਈ ਸਿਕਿਉਰਿਟੀ ਗਾਰਡ ਨਹੀਂ ਰੱਖਿਆ ਇੱਥੇ ਕੋਈ ਇੱਥੇ ਜਾਂ ਲੱਗੇ ਤੱਕ ਕਿਸੇ ਨੇ ਰੱਖਿਆ ਕੋਈ? ਨਹੀਂ ਜੀ, ਸਿਕਿਉਰਿਟੀ ਗਾਰਡ ਨਹੀਂ ਹੈਗਾ ਜੀ ਮਾਰਕੀਟ ਵਿੱਚ। ਕੋਸ਼ਿਸ਼ ਕਰਦੇ ਹਾਂ ਹੁਣ ਸਾਰਿਆਂ ਨੂੰ ਰਲਾ ਕੇ ਕੋਈ ਸਿਕਿਉਰਿਟੀ ਗਾਰਡ ਰੱਖਿਆ ਜਾਵੇ ਇੱਥੇ, ਜਾਂ ਕੋਈ ਰਾਤ ਨੂੰ ਵਾਚਮੈਨ ਦਾ ਇੰਤਜ਼ਾਮ। ਕੀ ਨਾਂ ਆਪਣੇ ਏਜੰਸੀ ਦਾ? ਕੀ ਨਾਂ ਹੈਗਾ? ਐਸਦੀਪ ਮੋਟਰ ਲਾਂਬੜੇ ਤੋਂ ਹੈਗੀ ਜੀ ਇਹ। ਕੀ ਏਜੰਸੀ ਦਾ ਨਾਮ ਪੂਰਾ? ਐਸਦੀਪ ਮੋਟਰ। ਐਸਦੀਪ ਮੋਟਰ, ਹਾਂਜੀ, ਹੀਰੋ ਦੀ ਏਜੰਸੀ ਹੈ। ਕਿਹੜੀ ਜਗ੍ਹਾ ਤੇ ਪੈਂਦੀ ਹੈ? ਇਹ ਵਿਲੇਜ ਭਗਵਾਨਪੁਰ ਲਾਂਬੜਾ ਜੀ ਨਾਮ। ਤਲਵਿੰਦਰ ਜੀ ਨਮਸਕਾਰ, ਤਲਵਿੰਦਰ ਜੀ ਇੱਥੇ ਚੋਰੀ ਹੋਈ ਹੈ ਤੇ ਕਿਸ ਤਰੀਕੇ ਨਾਲ ਕੀ ਕਾਰਵਾਈ ਚੱਲ ਰਹੀ ਹੈ ਅੱਗੇ? ਦੇਖੋ, ਸਾਨੂੰ ਅੱਜ ਇਹਨਾਂ ਨੇ ਆਪਣੇ ਸਟੇਟਮੈਂਟ ਦਿੱਤੀ ਹੈ। ਐਸਦੀਪ ਹੀਰੋ ਮੋਟਰ ਜਿਹੜੀ ਬਾਈਕ ਇੱਥੇ ਹੈਗੀ ਆ ਸ਼ੋਰੂਮ, ਇੱਥੇ 8 ਤਰੀਕ ਨੂੰ ਸਵੇਰੇ 3:15 8 ਨੂੰ ਕਿ 9 ਨੂੰ? ਨਹੀਂ, 9 ਤਰੀਕ ਨੂੰ ਸਵੇਰੇ ਕੋਈ 3:15 ਨਾ ਕੋਈ 3 ਨਾਮਲੂਮ ਵਿਅਕਤੀ ਜਿਹੜੇ ਨੇ ਆਏ ਨੇ ਤੇ ਸਾਈਕਲ ਇੱਕ ਲੈਪਟੋਪ ਤੇ ਥੋੜੇ ਪੈਸੇ ਚੋਰੀ ਕਰਕੇ ਲੈ ਗਏ ਨੇ। ਇਸ ਸੰਬੰਧੀ ਇਹਨਾਂ ਦੀ FIR ਦਰਜ ਕਰ ਦਿੱਤੀ ਹੈ, ਤਫਤੀਸ਼ ਚੱਲ ਰਹੀ ਹੈ। ਠੀਕ ਹੈ, ਤੇ ਚੋਰਾਂ ਨੂੰ ਜਲਦੀ ਫੜ ਕੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ। ਸਰ, ਇੱਥੇ ਤਾਂ ਸੇਫਟੀ ਜਿਹੜੀ ਵੀ ਚਲਾਈ ਆ, ਗੱਡੀਆਂ ਚੱਲਦੀਆਂ ਪੁਲਿਸ ਪ੍ਰਸ਼ਾਸਨ ਦੀਆਂ, ਉਹ ਨਹੀਂ ਇਸ ਰੋਡ ਤੇ ਚਲਾਈਆਂ ਹੋਈਆਂ? ਚਲਦੀਆਂ ਜੀ, ਬਿਲਕੁਲ ਚਲਦੀਆਂ ਨੇ। ਔਰ ਉਹ ਚੋਰੀ ਜਿਵੇਂ 10 ਮਿੰਟ ਲੱਗੇ ਉਸ ਚੋਰੀ ਹੋਈ ਨੂੰ, ਉਹ ਸਾਦਾ ਪੁਲਿਸ ਦੀ ਗੱਡੀ ਕਿਧਰੇ ਆਸੇ ਪਾਸੇ ਗਈ ਹੋਈ ਉਸ ਟਾਈਮ ਦੇ ਵਿੱਚ ਹੀ ਉਹ ਜਿਹੜੇ ਚੋਰ। ਉਮੀਦ ਹੈ ਚੋਰ ਜਲਦੀ ਫੜੇ ਜਾਣਗੇ। ਬਿਲਕੁਲ ਜੀ, ਬਹੁਤ ਉਮੀਦ ਆ। ਥੈਂਕ ਯੂ।